ਹੈਲੋ ਜੀ, ਵੈਲਕਮ ਟੂ ਬੈਕ ਮਾਈ ਨਿਊ ਵਲੋਗ। ਦੋਸਤੋ, ਅੱਜ ਨਾ ਸਾਡੀ ਆੜੀ ਨਿੱਕੀ ਬਬਲੀ ਹੈ ਨਾ, ਇਹਦੀ ਵੀ ਵਾਰੀ ਆ ਗਈ ਆ, ਇਹਦਾ ਵੀ ਕਸਟਮਰ ਆਇਆ। ਛੋਟੇ ਛੋਟੇ ਬੱਚਿਆਂ ਨੂੰ ਬੜੀ ਪਸੰਦ ਆ ਗਈ ਅਤੇ ਇਹਨੂੰ ਖੜਨ ਲੱਗੇ ਆ ਅਤੇ ਇਹਨੂੰ ਵਿਖਾਉਣ ਲੈ ਕੇ ਜਾ ਰਿਹਾ। ਕਲੀਅਰ ਥੱਲੇ ਹਾਏ, ਕਿੰਨੀ ਕਿਊਟ ਹੈ, ਵੇਖੋ। ਜਸਲੀਨ ਲੈਣ ਲੱਗੀ ਲੰਬੂ ਦੀ ਕੁੜੀ। ਜਸਲੀਨ ਤੇ ਮੈਂ ਹੈਗੀ ਨੀ। ਕੌਣ ਹੈ ਫਿਰ? ਗੁਰਲੀਨ ਆ। ਅੱਛਾ, ਹਾਂ ਸੋਰੀ, ਗੁਰਲੀਨ, ਸੋਰੀ 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 ਭੈਣ ਜੀ, ਸੋਰੀ, ਗਲਤੀ ਹੋ ਗਈ, ਗਲਤ ਨਾ ਲਿਆ ਗਿਆ। ਹੁਣ ਭਾਬੀ ਵੇਖਣ ਦੀ ਕੁੜੀ ਕਿਤਰਾ ਵੇਖਣ ਦੀ ਹੈ। ਗੁਰਲੀਨ ਤੇ ਹਰਲੀਨ ਇਹਨਾਂ ਖੇਡਿਆ ਕਰੂਗੀ, ਠੀਕ ਆ। ਅੱਜ ਚੱਲ ਜਾਣਾ ਸੀ ਤੇ ਵਿਚਾਰੀ ਰਹਿ ਗਈ। ਗੁਰਲੀਨ ਦਾ ਦਾਦਾ ਨੀ ਮੰਨਿਆ, ਵਿਚਾਰੀ ਰੋਂਦੀ ਗਈ। ਗੁਰਲੀਨ ਰੋ ਪਈ ਢਿੱਲ ਕਰਕੇ, ਬੜਾ ਰੋਂਦੀ ਗਈ ਵਿਚਾਰੀ। ਉਹਦਾ ਦਾਦਾ ਆਂਦਾ ਮੈਂ ਕੋਈ ਕੁੱਤਾ ਨੀ ਰੱਖਣਾ, ਕੋਈ ਗੱਲ ਨੀ, ਡਿਸਾਈਡ ਕਰਨਗੇ ਹੁਣ, ਦਾਦੀ ਨੂੰ ਮਨਾਉਣਗੇ, ਫਿਰ ਜਾਊਗੀ ਬਬਲੀ। ਠੀਕ ਹੈ ਬਬਲੀ, ਹੁਣ ਬਬਲੀ ਨੂੰ ਆਉਂਦੀ ਨੀਂਦ, ਸੌਂ ਜਾ ਬਬਲੀ, ਸੌਂ ਜਾ। ਵੀ ਇਹ ਸਾਡੀ ਲਾਸਟ ਪੱਗ ਹੈਗੀ ਆ, ਅਤੇ ਜੇ ਗੁਰਲੀਨ ਨੇ ਆਪਣੇ ਦਾਦੇ ਨੂੰ ਮਨਾ ਲਿਆ ਤਾਂ ਫਿਰ ਤਾਂ ਜਾਊਗੀ ਗੁਰਲੀਨ ਕੋਲ, ਨਹੀਂ ਤਾਂ ਫਿਰ ਜਿਹਦੀ ਕਿਸਮਤ 'ਚ। ਚਲੋ ਹੁਣ ਇੱਥੇ ਰੈਸਟ ਕਰੋ, ਹੁਣ ਸੋ ਜਾਓ ਇੱਥੇ ਆਰਾਮ ਨਾਲ। ਟਫੀ, ਤੂੰ ਰੋਟੀ ਖਾ ਲਈ ਆ? ਚੱਲ ਸੋ ਜਾ ਤੂੰ ਵੀ। ਬਬਲੀ ਨੂੰ ਤੂੰ ਚੈਨ ਨੀ ਹੈਗਾ, ਆਹ ਫਿਰ ਖਾਣ ਦੀ ਚੁੱਕ ਦੇ ਨਾ, ਇੱਥੇ ਅੱਗੋਂ ਚੁੱਕ ਦਿਆ ਕਰੋ, ਚੁੱਕ ਦਿਆ ਕਰ,